वाहेगुरु जी का खालसा, वाहेगुरु जी की फतेह। संगत जी, अज तुहाडे नाल एक दिल दी गल शेयर करनी है। बड़ा वधिया लग्या, अज असी गए सी पिंड रोटे, संतां दे पिंड गए सीगे। अज महाराज ने बड़ी किरपा कीती, जिथे उन्हां दा स्थान बनिया होया है संतां दा, गुरु घर गए सी, जिथे भाई अमृतपाल सिंह जी ने अपनी गिरफ्तारी भी दिती। वह सारिआं नूं ज़्यादातर पता है क्योंकि न्यूज़ दे विच बहुत आया सी। ते उत्थे जिद्दां ही आपां गुरु घर दे अंदर महाराज के दर्शन करन लई अंदर गए, महाराज के दर्शन करके तो मन हमेशा निहाल हुंदा ही हुंदा है। अज उत्थे एक होर बड़ी खूबसूरत दृश्य देखन नूं मिलिया। उत्थे छोटे छोटे भुजंगी भुजंगणियां संथिया लै रहे सी। ਉਹ ਦੇਖ ਕੇ ਮਨ ਇੰਨਾ ਪ੍ਰਸੰਨ ਹੋਇਆ ਕਿ ਹਰ ਗੁਰੂ ਘਰ ਦੇ ਵਿੱਚ ਇੱਦਾਂ ਦੀ ਸੇਵਾ ਹੋਣੀ ਚਾਹੀਦੀ ਹੈ। ਉਹ ਭੁਜੰਗੀ ਭੁਜੰਗਣੀਆਂ ਨੂੰ ਦੇਖ ਕੇ ਮਨ ਬਹੁਤ ਪ੍ਰਸੰਨ ਹੋਇਆ। ਉਹ ਇੰਨੇ ਪਿਆਰ ਨਾਲ ਵਿਚਰ ਰਹੇ ਸੀ। ਉਹਨਾਂ ਦੀ ਜਿਹੜੀ ਅਵਸਥਾ ਸੀ ਉਹ ਬੜੀ ਸਹਿਜ ਸੀ। ਕਿਉਂ ਸਹਿਜ ਸੀ? ਕਿਉਂਕਿ ਉਹ ਬਾਣੀ ਨਾਲ ਜੁੜੇ ਹੋਏ ਹਨ। ਆਪਾਂ ਦੁਨਿਆਵੀ ਕੰਮਾਂ ਕਾਰਾਂ 'ਚੋਂ ਹੀ ਨਹੀਂ ਵਿਹਲ ਮਿਲਦੀ ਅਤੇ ਆਪਾਂ ਮਹਾਰਾਜ ਤੋਂ ਬੜੇ ਦੂਰ ਜਾਂਦੇ ਜਾ ਰਹੇ ਹਾਂ, ਤਾਂ ਸਾਡੀ ਅਵਸਥਾ ਹੈ ਜਿਹੜੀ ਉਹ ਵੀ ਸਹਿਜ ਕਿੱਦਾਂ ਹੋਏਗੀ? ਬਾਣੀ ਸਿਮਰਨ, ਅਕਾਲ ਪੁਰਖ ਦਾ ਜ਼ਿਕਰ ਕਰਨਾ ਜ਼ੁਬਾਨ 'ਤੇ, ਉਹ ਹੁੰਦਾ ਸਹਿਜ ਅਵਸਥਾ ਦਾ ਇੱਕ ਬਹੁਤ ਵੱਡਾ ਰੀਜ਼ਨ। ਅਤੇ ਵਾਹਿਗੁਰੂ ਜੀ, ਆਪਣੇ ਬੱਚਿਆਂ ਨੂੰ ਵੀ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜੋ। ਇੱਕ ਵਾਰੀ ਉਸ ਗੁਰੂ ਘਰ 'ਚ ਹੋ ਕੇ ਆਓ, ਬੱਚਿਆਂ ਨੂੰ ਮਿਲੋ, ਉਹਨਾਂ ਦੀ ਅਵਸਥਾ ਦੇਖੋ, ਕਿੰਨੀ ਕਿਰਪਾ ਹੈ। ਬਾਕੀ ਅੱਜ ਮਹਾਰਾਜ ਨੇ ਪਹਿਲੀ ਵਾਰੀ ਸਾਨੂੰ ਉੱਥੇ ਜਾਣ ਦਾ ਮੌਕਾ ਬਖਸ਼ਿਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਮਹਾਰਾਜ ਜੀ, ਸਾਨੂੰ ਇੱਦਾਂ ਦੇ ਸਥਾਨ, ਮਹਾਂਪੁਰਖਾਂ ਦੇ ਬਾਰ ਬਾਰ ਉੱਥੇ ਸਾਨੂੰ ਸੇਵਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।